पंजाब सरकार किसानां दी कणक दी फसल नूं चुकण लई दावे कर रही है पर हकीकत ओह दूर है। जद इस दी असलियत जानण लई फिरोजपुर छौणी दी दाणा मंडी दा सच कहूं वल्लों दौरा कीता गया तां लोकां ने दस्सिया कि किसानां नूं सिर्फ एक पास दित्ता जा रहा है जिस नाल मजदूर भी परेशान हन। आओ सुणदे हां मौजूदा हालातां नूं लैके किसानां दा की कहना है। मंडी दे विच कुछ लेबर दे लोक साडे नाल हाजर ने, उहनां तों जानकारी लैंदे हां कि जिहड़ा कोरोना नूं लैके जिहड़ा हरेक बंदे दा कम तां पछड़िया ही हैगा पर कणक का जिहड़ा सीजन है अज्ज पहले दिन जिहड़ी हैगी है फिरोजपुर छौणी दी मंडी दे विच जिहड़ी कणक आ चुकी है इन्हां ने कणक नूं उतारिया भी हैगा। कणक उतारन तों बाद एक ट्राली जिहड़ी हैगी है एक पास मिल रहा तुहानूं क्यों कढ़ा रही हो? कढ़ा रही हां जी, बारदाना नहीं आंदा पिया, दिक्कत तो हो रही है सानूं बहुत ज़्यादा। हुण असीं इत्थे बंदे आ के खड़े होए इत्थे ते दिक्कतां आ रहियां ने हुण, कदी इत्थे बैठे कदी इत्थे, जे बारदाना होवे ते असीं दोवां तवे नूं भरीए तोलीए ਹੋਰ ਵੀ ਸਾਡਾ ਕਹਿੰਦੇ ਵੀ ਆਵੇ ਮਾਲ ਅੱਗੇ ਪਰ ਬਹੁਤ ਦਿੱਕਤ ਆ ਰਹੀ ਹੈ ਅੱਗੋਂ ਵੀ ਮਾਲ ਨਹੀਂ ਆਉਂਦੇ ਰਹੇ ਜਿਵੇਂ ਜਿਵੇਂ ਟਰਾਲੀ ਪਾਸ ਕਰ ਰਹੇ ਇਵੇਂ ਘੱਟ ਤੋਂ ਘੱਟ ਮਹੀਨਾ ਡੇਢ ਮਹੀਨਾ ਲੱਗ ਸਕਦਾ ਸਾਨੂੰ। ਅੱਗੇ ਸੀਜ਼ਨ ਵਿੱਚ ਕਿੰਨਾ ਸਮਾਂ ਲੱਗਦਾ ਤਾਂ ਇਸ ਵਾਰ ਕਿੰਨਾ ਜ਼ਿਆਦਾ ਸਮਾਂ ਲੱਗਦਾ? ਸਮਾਂ ਇਸ ਤਰ੍ਹਾਂ ਜੀ, ਅੱਗੇ ਤਾਂ ਚਲੋ ਜਦੋਂ ਆਉਂਦੇ ਸੀਗੇ ਘੱਟ ਤੋਂ ਘੱਟ ਇਸ ਟਾਈਮ ਦਾ ਇੱਥੇ 20 ਟਰਾਲੀਆਂ 50 ਉੱਤਰ ਜਾਂਦੀਆਂ ਸੀ, ਹੁਣ ਦਿੱਕਤ ਇੰਨੀ ਆ ਰਹੀ ਹੈ ਕਿ ਵੀ ਹੁਣ ਮਸਾਂ ਹੀ ਆ 2 ਟਰਾਲੀਆਂ ਉੱਤਰ ਗਈਆਂ ਨੇ ਤੇ ਇਹਦੇ ਬਹੁਤ ਔਖੇ ਹੋਏ। ਹੁਣ ਬਾਰਦਾਣਾ ਨਹੀਂ ਆਇਆ, ਬਾਰਦਾਣਾ ਪਤਾ ਨਹੀਂ ਸ਼ਾਮ ਨੂੰ ਮਿਲਣਾ ਕਦੋਂ ਮਿਲਣਾ ਹੋਣਾ, ਅਸੀਂ ਤਾਂ ਇੰਤਜ਼ਾਰ ਕਰ ਰਹੇ ਇੱਥੇ। ਕੁਛ ਮੰਡੀ ਦੇ ਜਿਹੜੇ ਜ਼ਿੰਮੇਵਾਰ ਨੇ, ਸਕੱਤਰ ਨੇ, ਸੈਕਟਰੀ ਸਾਹਿਬ ਹੋ ਗਏ, ਕੋਈ ਹੋਰ ਹੋ ਗਏ ਜਿਹੜੇ ਇੱਥੇ ਆ ਕੇ ਦੌਰਾ ਕਰਕੇ ਗਏ? ਹਾਂਜੀ ਹਾਂਜੀ, ਹੁਣੇ ਆਏ ਸੀ, ਚੈੱਕ ਕਰਕੇ ਗਏ ਨੇ, ਕਣਕ ਲੈ ਗਏ ਨੇ ਬਸ, ਹੋਰ ਬਾਕੀ ਤਾਂ ਕੋਈ ਨਹੀਂ ਆਇਆ। ਬਾਕੀ ਤਾਂ ਹੁਣ ਇਹਨਾਂ ਨੂੰ ਪਤਾ ਮਾਲਕਾਂ ਨੂੰ ਜਿਹੜੇ ਗਾਂ ਜਿਨ੍ਹਾਂ ਨੇ ਸਾਨੂੰ ਲਾਇਆ ਉਹਦੇ ਨਾਲ। ਲੇਬਰ ਨੂੰ ਇੱਥੇ ਆਉਣ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਹੈ? ਕੋਈ ਪਾਸ ਇਸ਼ੂ ਕਰਾਏ ਆ ਤੁਸੀਂ ਜਾਂ ਕਿੱਦਾਂ? ਪਾਸ ਇਸ਼ੂ ਕਰਾਏ ਆ ਜੀ, ਇਹ ਕਹਿੰਦੇ ਜੀ ਪਰਸੋਂ ਮਿਲ ਜਾਣਗੇ ਪਾਸ। ਚਲੋ ਹੁਣ ਤਾਂ ਚਲੋ ਜਿਵੇਂ ਮਰਜ਼ੀ ਔਖੇ ਸੌਖੇ ਹੋ ਗਏ, ਇੱਧਰੋਂ ਉੱਧਰੋਂ ਨਿਕਲ ਆਉਣੇ ਆ ਆਸੇ ਪਾਸਿਓਂ। ਹੁਣ ਜੇ ਕੋਈ ਆ ਕੇ ਇੱਥੇ ਅਫਸਰ ਪੁੱਛ ਲਵੇ ਸਾਨੂੰ ਵੀ ਤੁਹਾਡੇ ਪਾਸ ਵਿਖਾਓ ਤਾਂ ਸਾਨੂੰ ਤਾਂ ਦਿੱਕਤ ਆਉਣੀ ਹੈ, ਅਗਲਾ ਭਾਵੇਂ ਡਾਂਗਾ ਫੇਰ ਦੇਵੇ ਸਾਨੂੰ ਇੱਥੇ, ਠੀਕ ਹੈ ਨਾ ਜੀ? ਹੁਣ ਉਹ ਅਗਲੇ ਕਹਿੰਦੇ ਵੀ ਦੂਰ ਦੂਰ ਹੋ ਕੇ ਬਹਿ ਜਾਓ, ਹੁਣ ਅਗਲਾ ਪੁੱਛੇ ਵੀ ਹਾਂ ਵੀ ਤੁਸੀਂ ਕਿਵੇਂ, ਤਾਂ ਕੀ ਜਵਾਬ ਦਾਂਗੇ? ਵੀ ਪਾਸ ਵੀ ਬਹੁਤ ਜ਼ਰੂਰੀ ਹੈ ਸਾਨੂੰ, ਅਤੇ ਜਿਹੜਾ ਵੀ ਮੈਂ ਕੰਮ ਜਿਹੜਾ ਵੀ ਆ ਮੈਂ ਕਹਿੰਦਾ ਵੀ ਸਰਕਾਰ ਨੂੰ ਜਲਦ ਤੋਂ ਜਲਦ ਇੱਥੇ ਕਰਨਾ ਚਾਹੀਦਾ ਮੰਡੀ ਵੱਲ ਦਾ ਕੰਮ, ਵੀ ਜਿਹੜਾ ਇਹ ਛੇਤੀ ਜ਼ਿਮੀਂਦਾਰ ਵੀ ਆਪਦੇ ਘਰੇ ਜਾਵੇ ਤਾਂ ਅਸੀਂ ਵੀ ਨਿਬੇੜ ਲਈਏ ਕੰਮ। ਲੇਬਰ ਦੇ ਲੋਕ ਨੇ ਇਹਨਾਂ ਦਾ ਇਹ ਕਹਿਣਾ ਹੈਗਾ ਵੀ ਇਹਨਾਂ ਨੂੰ ਇੱਥੇ ਆਉਣ ਦੇ ਲਈ ਵੀ ਕੋਈ ਪਾਸ ਇਸ਼ੂ ਨਹੀਂ ਕੀਤੇ ਗਏ, ਪੁਲਿਸ ਦਾ ਡਰ ਵੀ ਹੈਗਾ ਵੀ ਸਾਨੂੰ ਇਹੀ ਗੱਲ ਕਹੀ ਵੀ ਦੂਰ ਦੂਰ ਬੈਠੋ ਪਾਸ ਇਸ਼ੂ ਕੀਤੇ ਜਾਣ। ਨਾਲ ਦੀ ਨਾਲ ਇਹਨਾਂ ਦਾ ਇਹ ਕਹਿਣਾ ਵੀ ਜੇ ਉਦੋਂ ਪਹਿਲਾਂ ਜਿਹੜੀ ਹੈਗੀ ਸੀ ਕੁਝ ਦਿਨਾਂ ਦੇ ਵਿੱਚ ਜਿਹੜੀ ਮੰਡੀ ਨੂੰ ਸਮੇੜ ਲਿਆ ਜਾਂਦਾ ਸੀ, ਇਸ ਵਾਰ ਇੱਕ ਇੱਕ ਕਰਕੇ ਟਰਾਲੀ ਆਊਗੀ, ਸੀਜ਼ਨ ਲੰਬਾ ਜਾਊਗਾ, ਇਹਨਾਂ ਦੇ ਖਰਚੇ ਵੱਧ ਹੋਣਗੇ ਪਰ ਕਮਾਈ ਦਾ ਸਾਧਨ ਤਾਂ ਉਹੀ ਰਹੂਗਾ। ਕੈਮਰਾਮੈਨ ਜਗਦੀਪ ਦੇ ਨਾਲ ਮੈਂ ਸਤਪਾਲ ਸਿੰਘ, ਸੱਚ ਕਹੂੰ ਫਿਰੋਜ਼ਪੁਰ। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।